ਹਾਂਜੀ ਬਾਈ ਜੀ, ਆਹ ਦੱਸਿਓ ਮਾੜਾ ਜਿਹਾ ਟਰੈਕਟਰ ਬਾਰੇ, ਆ ਜਾਓ ਇੱਕ ਮਿੰਟ। ਹਾਂਜੀ, ਇਹ ਟਰੈਕਟਰ ਹੈਗਾ ਕੀ ਨਾਂ ਦੱਸਿਆ ਟਰੈਕਟਰ ਦਾ ਜੀ? G53। G53, ਹਾਂਜੀ। ਇਹ ਕਿ ਹਿੰਦੁਸਤਾਨ ਕੰਪਨੀ ਦਾ? ਹਾਂਜੀ, ਹਿੰਦੁਸਤਾਨ। ਅਤੇ ਵੈਸੇ ਇਹ ਜੀਟਰ ਕੰਪਨੀ ਦੇ ਲਿਖਿਆ ਹੋਇਆ, ਦੇਖੋ ਮੈਂ ਦਿਖਾ ਦਿੰਦਾ। ਇਹ ਇੱਥੇ ਨਹੀਂ, ਇੱਧਰ ਲਿਖਦਾ ਇਹ ਜੀਟਰ ਦਾ, ਜੀਟਰ ਕੰਪਨੀ ਦੇ ਇਹ G53 ਅਤੇ ਹਿੰਦੁਸਤਾਨ। ਅਤੇ ਇਹ ਕਿਹੜਾ ਮਾਡਲ ਹੋਊਗਾ ਜੀ ਟਰੈਕਟਰ? ਇਹ 86-87 ਹੋਊਗਾ। 86-87, ਕਿੰਨੇ ਹਾਰਸ ਪਾਵਰ ਹੈ ਜੀ ਇਹਦੀ? 45। 45 ਹਾਰਸ ਪਾਵਰ। ਇਹਦੇ ਨਾਲ ਦਾ ਇੱਕ ਵੱਡਾ ਨਹੀਂ ਸੀ ਟਰੈਕਟਰ ਆਉਂਦਾ ਇਹੋ ਜਿਹਾ? ਹਿੰਦੁਸਤਾਨ ਆਉਂਦੇ ਜੀ, ਦੋ ਵੱਡਾ। ਨਹੀਂ ਨਹੀਂ ਉਹ ਨਹੀਂ, ਇੱਕ ਜੀਖ ਨਹੀਂ ਕੀ ਇਹੋ ਜਿਹਾ ਹੀ, ਇਹੋ ਜਿਹਾ ਹੀ ਸੀ ਟਰੈਕਟਰ ਜੀ, ਪਤਾ ਨਹੀਂ ਉਹ ਹੈ ਤਾਂ ਹਿੰਦੁਸਤਾਨ ਹੈ, ਉਹ 4 ਸਿਲੰਡਰ ਵੱਡਾ ਟਰੈਕਟਰ ਸੀ, ਉਹਦੀ ਖਾਲੀ 65 ਪਾਵਰ ਸੀ, ਐਂ ਜੇ ਸੀਗਾ ਸੀਗਾ। ਇਹ ਤਾਂ 3 ਸਿਲੰਡਰ ਹੈ ਨਾ? 3 ਹੈ। ਹਾਂਜੀ, ਇਹਦੇ ਇੱਥੋਂ ਪਤਾ ਲੱਗਦਾ ਵੀ 3 ਸਿਲੰਡਰ ਹੈ। 3 ਸਿਲੰਡਰ ਹੈ। ਅਤੇ ਇਹਦੀ ਖਿਚਾਈ ਖਿਚੂਈ ਕਿਵੇਂ ਹੈ ਜੀ? ਖਿਚਾਈ ਪੂਰੀ ਹੈ, 11 ਹਾਂ ਖਾਈਦਾ ਹੈ। ਪੂਰੀ ਫੁੱਲ ਖਿਚਾਈ? ਅਤੇ ਤੇਲ ਤੂਲ ਕਿੰਨਾ ਕੁ ਖਾਂਦਾ ਹੈ? ਤੇਲ 5 ਲੀਟਰ ਖਾਂਦਾ ਘੰਟੇ ਦਾ। ਘੰਟੇ ਦਾ? ਅਤੇ ਘੰਟੇ 'ਚ ਮਤਲਬ ਜਿਵੇਂ ਆਪਾਂ ਉਸ ਤੋਂ ਮਤਲਬ ਕਲਟੀਵੇਟਰਾਂ ਨਾਲ ਹਲਾਂ ਨਾਲ ਪੈਲੀ ਵਾਹੁੰਦੇ ਹਾਂ, ਕਿੱਲੇ ਕਰਦੇ, ਮਤਲਬ 1.25 ਲੀਟਰ ਕਿੱਲੇ ਦਾ? ਹਾਂ ਹਾਂ। ਟਰੈਕਟਰ ਵਾਕਈ ਫਿਰ ਤਾਂ ਗਹਿਣਾ ਇਹ ਟਰੈਕਟਰ ਹੈ। ਇਹ ਤਾਂ ਤੁਹਾਡੀ ਗੱਲ ਸਹੀ ਹੈ, ਯਾਨੀ ਤੁਹਾਡੇ ਪੂਰਾ ਮਨ ਲੱਗਿਆ ਵਾ ਟਰੈਕਟਰ, ਇਹ ਵੇਚਣ ਦੀ ਕੋਈ ਨਹੀਂ ਸੰਭਾਵਨਾ ਲੱਗਦੀ? ਜੇ ਪੈਸੇ ਪੂਰੇ ਮਿਲਣਗੇ ਤਾਂ ਵੇਚ ਵੀ ਦੇਵਾਂਗੇ। ਠੀਕ ਹੈ, ਠੀਕ ਹੈ, ਠੀਕ। ਸਾਰਾ ਹੋਇਆ ਵਾ ਲੈਫਟ। ਅਤੇ ਹੋਰ ਇਹ ਮਤਲਬ ਜਿਵੇਂ ਤੁਸੀਂ ਉਹਦੇ 'ਤੇ ਜੋੜਦੇ ਆਪਣੇ ਰੋਟਾਵੇਟਰ 'ਤੇ? ਰੋਟਾਵੇਟਰ 'ਤੇ ਲਾਇਆ ਨਹੀਂ, ਲਾਇਆ ਨਹੀਂ। ਕਲੱਚ ਹੈ ਇਹਦੇ, ਅੱਛਾ, ਚੂੜੀ ਵਾਲੀ ਮਸ਼ੀਨ 'ਤੇ ਵੀ ਲੱਗਦਾ। ਅੱਛਾ ਅੱਛਾ, ਅੱਛਾ ਅੱਛਾ ਅੱਛਾ। ਅਤੇ ਇਹਦੇ ਆਹ ਸਿੱਧਾ ਹੀ ਐਕਸਲ ਹੈ ਕਿ ਹੰਡ ਹੈ? ਹੰਡ ਹੀ ਹੈ। ਹਾਂਜੀ ਹਾਂਜੀ ਹਾਂਜੀ, ਇਹਦੇ ਪਤਾ ਲੱਗਦਾ ਹੰਡੀਆਂ ਵਾਲਾ। ਠੀਕ ਹੈ। ਅਤੇ ਲੈਫਟ ਕੰਟਰੋਲ ਹੈ ਜੀ? ਲੈਫਟ ਕੰਟਰੋਲ ਹੈ। ਅੱਛਾ, ਇਹ ਤੁਸੀਂ ਵੈਸੇ ਪਾਏ? ਅਤੇ ਇਹ ਆ ਗਏ, ਇਹਦੇ ਗੇਅਰ ਲੀਵਰ ਆ ਗਏ, ਮੇਨ ਗੇਅਰ ਵਾਲਾ ਹੋ ਗਿਆ, ਉਹ ਹਾਈ ਲੋ ਹੋ ਗਿਆ, ਉਹ ਜਿਹੜੀ ਥੱਲੇ ਨੂੰ ਸਿੱਟਿਆ ਹੋਇਆ। ਅਤੇ ਆਹ ਲੈਫਟ ਵਾਲਾ ਜੀ, ਇਹ ਲੋ ਹੈ। ਆਏ ਲੋ, ਉਹ ਲਿਫਟ ਵਾਲਾ? ਹਾਂਜੀ, ਠੀਕ ਹੈ, ਠੀਕ ਹੈ, ਠੀਕ ਹੈ। ਅਤੇ ਬਾਕੀ ਆ ਲਿਫਟ ਵਾਲਾ ਲੀਵਰ ਇੱਧਰ ਆ ਰਹਿ ਗਿਆ। ਠੀਕ ਹੈ, ਠੀਕ ਹੈ, ਠੀਕ। ਚਲੋ, ਬਹੁਤ ਧੰਨਵਾਦ ਜੀ, ਵਧੀਆ ਟਰੈਕਟਰ, ਬਹੁਤ ਜਾਣਕਾਰੀ ਦਿੱਤੀ। ਚਲੋ, ਲੋਕਾਂ ਦੀ ਮਿਹਰਬਾਨੀ ਜੀ।